ਬਹਾਲੀ ਹੋ ਰਹੀ। ਜੇਕਰ ਪੁਰਾਣੀ ਪੈਨਸ਼ਨ ਬਹਾਲੀ ਲਈ ਦੇਰੀ ਹੋ ਰਹੀ ਹੈ ਤਾਂ ਖੜੇ ਨੂੰ ਉਹਨਾਂ ਮੁਲਾਜ਼ਮਾਂ ਦੇ ਜਿਹੜੇ ਅੱਜ ਵੀ ਘਰੇ ਬੈਠੇ ਆ, ਉੱਥੇ 1000 ਤੋਂ 1500 ਮੁਲਾਜ਼ਮ ਹੋਊਗਾ ਜਿਨ੍ਹਾਂ ਦੇ ਅਸੀਂ ਇਕੱਲੇ ਇਕੱਲੇ ਦੇ ਕਮਰੇ ਚ ਜਾ ਕੇ ਬੋਲ ਕੇ ਆਏ ਆ ਕਿ ਤੁਸੀਂ ਪੁਰਾਣੀ ਪੈਨਸ਼ਨ ਲਈ ਅੱਜ ਰਹਿੰਦੀ ਆ, ਤੁਸੀਂ ਇੱਥੇ ਆ ਜਾਓ। ਜੱਸਾ ਜੀ ਕੋਈ ਬਹਾਨਾ ਨੀ, ਇਹ 2 ਗੱਲੇ ਬਣੀਆਂ ਆਉਣਗੀਆਂ, 4 ਬਣਗੀਆਂ, 6 ਬਣਗੀਆਂ, ਇਹ ਨਕੰਮਾ ਪਾਣਾ ਉਹਨਾਂ ਦਾ। ਪਰ ਫੋਨ ਦੇ ਉੱਪਰ ਦੇਖਣਾ ਵੀ ਹਾਂਜੀ ਪੁਰਾਣੀ ਪੈਨਸ਼ਨ ਬਹਾਲ ਆ ਗਈ, ਨੋਟਿਸ ਆ ਗਿਆ, ਨੋਟੀਫਿਕੇਸ਼ਨ ਹੋ ਗਿਆ ਜੀ, ਪ੍ਰਧਾਨ ਜੀ ਵਧਾਈਆਂ, ਖੱਡੇ ਨੂੰ ਤੁਹਾਡੇ, ਸੁਪਰੀਮ ਕੋਰਟ ਦਾ ਆਰਡਰ ਹੋ ਗਿਆ ਜੀ, ਪ੍ਰਧਾਨ ਜੀ ਵਧਾਈਆਂ, ਖੱਡੇ ਨੂੰ ਤੁਹਾਡੇ, ਜਿਹੜੇ ਤੁਸੀਂ ਘਰਾਂ ਦੇ ਵਿੱਚ ਬੈਠ ਕੇ ਪੁਰਾਣੀ ਪੈਨਸ਼ਨ ਬਹਾਲਦੇ ਹੋ। ਜੇਕਰ ਪੁਰਾਣੀ ਪੈਨਸ਼ਨ ਦੇ ਨਵੇਂ ਲੱਗੇ ਆ, ਨੇੜੇ ਲੱਗੇ ਆ, ਇਸ ਸਥਿਤੀ ਚ ਪਹੁੰਚੇ ਆ ਕਿ ਨੋਟੀਫਿਕੇਸ਼ਨ ਤੱਕ ਜਾਰੀ ਹੋ ਗਿਆ, ਤਾਂ ਉਹ ਆ ਲੋਕਾਂ ਦੀ ਬਦੌਲਤ ਆ ਜਿਹੜੇ ਆ ਪੰਡਾਲ ਚ ਬੈਠੇ ਆ। ਜੇਕਰ ਉਹ ਨੋਟੀਫਿਕੇਸ਼ਨ ਲਾਗੂ ਨਹੀਂ ਹੋ ਰਿਹਾ, ਅਸੀਂ ਫੇਰ ਵੀ ਗਲੀਆਂ ਦੇ ਬੈਠਣ ਦੇ ਲਈ ਮਜਬੂਰ ਆ ਨੋਟੀਫਿਕੇਸ਼ਨ ਲਵਾਉਣ ਤੋਂ ਬਾਅਦ। ਉਹ ਤੁਸੀਂ ਲੋਕ ਜਿਹੜੇ ਘਰੇ ਬੈਠ ਕੇ ਵੀਡੀਓ ਸੁਣ ਰਹੇ ਹੋਵੋਗੇ, ਖੜੇ ਮੂੰਹਾਂ ਚੁੱਕੇ, ਜਿਹੜੇ ਤੁਸੀਂ ਪੈਨਸ਼ਨ ਦੇ ਸੰਘਰਸ਼ ਦੇ ਵਿੱਚ ਯੋਗਦਾਨ ਨਹੀਂ ਪਾ ਸਕਦੇ। ਇੰਨੀਆਂ ਗੱਲਾਂ ਕਰਦਾ ਹੋਇਆ